ਵੈਲਕਮ ਬੈਕ ਟੂ ਦਾ ਪੋਲੀਵੁੱਡ ਮੂਵੀ ਚਮਕੀਲਾ। ਛੱਤ ਪਾਛੀਆਂ ਰੰਗਾਂ ਦੀ ਧੁੱਪ ਚਮਕੀਲਾ ਐਲਵਿਸ ਆਫ ਪੰਜਾਬ ਦਿਲਜੀਤ ਦੋਸਾਂਝ ਪਰਿਣੀਤੀ ਚੋਪੜਾ ਇਮਤਿਆਜ਼ ਅਲੀ ਔਰ ਅਬ ਵੋ ਹੁਆ ਦੋਨੋਂ ਨੇ ਮਿਲਕਰ ਬਹੁਤ ਸੇ ਹਲਕੇ ਗਾਣੇ ਗਾਏ ਜੋੜੀ ਹਿੱਟ ਹੋ ਗਈ ਆਪ ਜੋ ਕਹਿ ਰਹੇ ਥੇ ਨਾ ਵੋ ਅਬ ਹੁਆ ਵੋ ਤੋ ਮੇਰੇ ਜ਼ਮਲ ਫਿਲਮ ਚ ਤਿੰਨ ਸਟਾਰ ਮੈਂ ਅਕਸਰ ਫਿਲਮ ਦੀ ਗੱਲ ਕਹਾਣੀ ਤੋਂ ਸ਼ੁਰੂ ਕਰਦਾ ਹਾਂ ਪਰ ਇਸ ਫਿਲਮ ਦੀ ਕਹਾਣੀ ਸਭ ਨੂੰ ਪਤਾ ਹੈ ਅਮਰ ਸਿੰਘ ਚਮਕੀਲਾ ਤੇ ਬਣਨ ਵਾਲੀ ਫਿਲਮ ਨੂੰ ਮੈਂ ਤਿੰਨ ਹਿੱਸਿਆਂ ਵਿੱਚ ਵੰਡਿਆ ਸਭ ਤੋਂ ਪਹਿਲਾਂ ਤਾਂ ਸਿੰਗਿੰਗ ਦੂਸਰਾ ਹੈ ਡਾਇਰੈਕਸ਼ਨ ਮੁਝੇ ਆਪਣੇ ਆਪ ਕੋ ਨਾ ਬੜੇ ਪਰਦੇ ਵਿੱਚ ਦੇਖਣੇ ਕਾ ਬੜਾ ਸ਼ੌਕ ਹੈ ਪਹਿਲੇ ਤੋਂ ਮੈਂ ਹੀਰੋ ਹੀ ਬਣਨਾ ਚਾਹਤਾ ਥਾ ਅੱਛਾ ਮੈਂ ਵੀ ਸਾਰੇ ਪੰਜਾਬੀ ਇਹੀ ਚਾਹਤੇ ਹੈ ਤੇ ਫਿਰ ਐਕਟਿੰਗ ਸਿੰਗਿੰਗ ਵਿੱਚ ਜਿੰਨੇ ਗਾਣੇ ਸਟੇਜ ਤੇ ਸ਼ੂਟ ਦਿਖਾਏ ਗਏ ਨੇ ਇਹ ਸਾਰੇ ਗਾਣੇ ਦਲਜੀਤ ਦੋਸਾਂਝ ਨੇ ਆਪ ਗਾਏ ਨੇ ਅਮਰਜੀਤ ਕੌਰ ਦੀ ਆਵਾਜ਼ ਨੂੰ ਦੁਬਾਰਾ ਪਰਿਣੀਤ ਚੋਪੜਾ ਨੇ ਗਾਇਆ ਹੈ ਪਰ ਜਿਹੜੇ ਥੀਮ ਸੌਂਗ ਨੇ ਜਿਹੜੇ ਬੈਕਗਰਾਊਂਡ ਵਿੱਚ ਚੱਲਦੇ ਨੇ ਉਹ ਸਾਰੇ ਗਾਣੇ ਹਿੰਦੀ ਵਿੱਚ ਚੱਲਦੇ ਨੇ ਉਹਨਾਂ ਨੂੰ ਰੀਕ੍ਰੀਏਟ ਕਰਕੇ ਸ਼ੂਟ ਕੀਤਾ ਹਰ ਪ੍ਰੀਵਿਊ ਵਿੱਚ ਮੈਂ ਕਹਾਣੀ ਤੋਂ ਸ਼ੁਰੂ ਕਰਦਾ ਹਾਂ ਪਰ ਇਸ ਫਿਲਮ ਦੀ ਕਹਾਣੀ ਸਭ ਨੂੰ ਪਤਾ ਹੈ ਬਾਕੀ ਰਹਿ ਜਾਂਦੀ ਗੱਲ ਐਕਟਿੰਗ 'ਤੇ ਹੈ ਅਤੇ ਐਕਟਿੰਗ ਵਿੱਚ ਦਲਜੀਤ ਦੋਸਾਂਝ ਅਤੇ ਪਰਿਣੀਤੀ ਚੋਪ ਉਹਨਾਂ ਦੇ ਜੈਸਚਰਸ ਨੂੰ ਬਹੁਤ ਵਧੀਆ ਪਰਫੋਰਮ ਕੀਤਾ ਆ ਕਲਾਕਾਰ ਮਹਾਨ ਹੈ ਲੇਕਿਨ ਤੂੰ ਆਪਣਾ ਚਮਕੀਲੇ ਇੱਕ ਬਹੁਤ ਰਾਇ ਸਾਲਾ ਜਿਸ ਤਰ੍ਹਾਂ ਅਸੀਂ ਅਮਰ ਸਿੰਘ ਚਮਕੀਲਾ ਦੀਆਂ ਪੁਰਾਣੀ ਰਿਕਾਰਡਿੰਗਸ ਦੇਖੀਆਂ ਹੋਈਆਂ ਨੇ ਦਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਤੋਂ ਬਿਨਾਂ ਅਗਰ ਕੋਈ ਵੱਡਾ ਸਟਾਰ ਇਸ ਫਿਲਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਤਾਂ ਉਹ ਹੈ ਇਮਤਿਆਜ਼ ਅਲੀ ਇਹਨਾਂ ਤਿੰਨਾਂ ਨੇ ਹੀ ਇਸ ਫਿਲਮ ਨੂੰ ਆਪਣੇ ਮੋਢਿਆਂ 'ਤੇ ਚੱਕਿਆ ਹੋਇਆ ਹੈ ਇਮਤਿਆਜ਼ ਅਲੀ ਦੀ ਬਾ ਕਮਾਲ ਡਾਇਰੈਕਸ਼ਨ ਇਸ ਫਿਲਮ ਨੂੰ ਇੱਕ ਨਵਾਂ ਰੰਗ ਦਿੰਦੀ ਹੈ ਕਿਉਂਕਿ ਪਿਛਲੇ ਸਾਲ ਜਿਹੜੀ ਜੋੜੀ ਫਿਲਮ ਆਈ ਸੀ ਉਸ ਵਿੱਚ ਵੀ ਕੁਝ ਸੈਂਸ ਦਿੱਤੀ ਗਈ ਸੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਦੇ ਰੰਗ ਕੁਝ ਇਸ ਫਿਲਮ ਵਿੱਚ ਦਿਖਦੇ ਨੇ ਓਵਰਆਲ ਕਹਾਣੀ ਵਿੱਚ ਤੁਹਾਨੂੰ ਕੋਈ ਵੱਡਾ ਬਦਲਾਵ ਨਹੀਂ ਲੱਗੂਗਾ ਜਿਸ ਤਰ੍ਹਾਂ ਉਸ ਕਹਾਣੀ ਨੂੰ ਪ੍ਰੋਜੈਕਟ ਕੀਤਾ ਗਿਆ ਪ੍ਰਜੈਂਟ ਕੀਤਾ ਗਿਆ ਉਹ ਬਹੁਤ ਇੰਟਰਸਟਿੰਗ ਹੈ ਫਿਲਮ ਨੂੰ ਦੇਖ ਕੇ ਤੁਹਾਨੂੰ ਫਿਲਮ ਜ਼ਿਆਦਾ ਨਹੀਂ ਲੱਗਦੀ ਬਹੁਤ ਜਗ੍ਹਾ ਤੁਹਾਨੂੰ ਪਿਕਚਰਾਈਜੇਸ਼ਨ ਫਰੇਮਿੰਗ ਤੋਂ ਜਾਂ ਪ੍ਰਜੈਂਟੇਸ਼ਨ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਡਾਕੂਮੈਂਟਰੀ ਦਾ ਫੋਰਮੈਟ ਹੈ ਜੋ ਅੱਜ ਕੱਲ੍ਹ ਬਹੁਤ ਟਰੈਂਡ ਵੀ ਹੈ ਈਵਨ ਹਾਲੀਵੁੱਡ ਵਿੱਚ ਵੀ ਕੁਛ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਹਨ ਐਕਸਪੈਰੀਮੈਂਟਲ ਜਿਨ੍ਹਾਂ ਨੂੰ ਇੱਕ ਡਾਕੂਮੈਂਟਰੀ ਫੋਰਮ ਵਿੱਚ ਇੱਕ ਰੋ ਕੁਛ ਟ੍ਰਿਕ ਯੂਜ਼ ਕੀਤੇ ਜਾਂਦੇ ਨੇ ਜਿਹੜੇ ਇਸ ਫਿਲਮ ਵਿੱਚ ਤੁਹਾਨੂੰ ਦਿਖਣਗੇ ਜਿਸ ਤਰ੍ਹਾਂ ਫਰੇਮ ਬਾਏ ਫਰੇਮ ਓਰੀਜਨਲ ਵੀਡੀਓਜ਼ ਅਤੇ ਦਲਜੀਤ ਦੋਸਾਂਝ ਅਤੇ ਪ੍ਰਿਣੀਤੀ ਚੋਪੜਾ ਦੀਆਂ ਵੀਡੀਓਜ਼ ਨੂੰ ਇੱਕ ਫਰੇਮ ਵਿੱਚ ਦਿਖਾ ਕੇ ਇੱਕ ਕੰਪੈਰੀਜ਼ਨ ਸ਼ੋਅ ਕੀਤਾ ਜਾਂਦਾ ਹੈ ਕਿ ਕਿੰਨਾ ਉਹਨਾਂ ਨੂੰ ਸਿਮੀਲਰ ਸ਼ੂਟ ਕੀਤਾ ਗਿਆ ਡਾਇਰੈਕਟ ਕੀਤਾ ਗਿਆ ਕਿੰਨਾ ਉਹਨਾਂ ਨੂੰ ਸਿਮੀਲਰ ਡਰੈਸਅਪ ਕੀਤਾ ਗਿਆ ਇਹ ਸਾਰਾ ਕੁਛ ਤੁਹਾਨੂੰ ਕੰਪੇਅਰ ਕਰਕੇ ਇੱਕ ਸੀਨ ਵਿੱਚ ਦਿਖਾਉਣਾ ਅੱਜ ਕੱਲ੍ਹ ਸਟਾਈਲ ਬਣਿਆ ਹੋਇਆ ਹੈ ਕਹਾਣੀ ਵਿੱਚ ਛੇੜਛਾੜ ਜ਼ਿਆਦਾ ਨਹੀਂ ਕੀਤੀ ਗਈ ਕਿਉਂਕਿ ਅਮਰ ਸਿੰਘ ਚਮਕੀਲਾ ਦੀ ਕਹਾਣੀ ਦਾ ਸਭ ਨੂੰ ਪਤਾ ਹੈ ਐਸੀ ਬਾਤਾਂ ਲਿਖਤਾ ਹੈ ਮਰਦੋਂ ਕੇ ਬਾਰੇ ਮੇਂ ਜੀ ਰੋਕਤਾ ਕਿਉਂ ਨਹੀਂ ਉਸੇ ਆਰਾ ਚਮਕੀਲਿਆ ਆਰਾ ਵਾਰਨਿੰਗ ਦੇਣੇ ਬੁਲਾਇਆ ਮੈਨੇ ਤੁਝੇ ਤੂੰ ਬਹੁਤ ਗੰਦੇ ਗਾਣੇ ਗਾਤਾ ਹੈ ਚਮਕੀਲਾ ਯੇ ਬੰਦੂਕ ਵਾਲੇ ਪਰ ਉਸ ਨੂੰ ਐਜ਼ ਅ ਕੈਰੈਕਟਰ ਇਮਤਿਆਜ਼ ਅਲੀ ਨੇ ਹੀਰੋ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਡਿਸਪਿਊਟਡ ਗਾਣਿਆਂ ਨਾਲ ਉਹਦੇ ਕਰੀਅਰ ਦਾ ਪੀਕ ਅਤੇ ਫਿਰ ਉਸ ਤੋਂ ਬਾਅਦ ਧਾਰਮਿਕ ਗੀਤ ਗਾਉਣਾ ਕੁਛ ਜਗ੍ਹਾ ਉਸਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਗਿਆ ਕਿ ਉਹ ਆਪਣੀ ਇਮੇਜ ਚੇਂਜ ਕਰਨ ਲਈ ਵੀ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਸੀਗਾ ਯੇ ਬੰਦੂਕ ਵਾਲੇ ਕਾ ਤੂੰ ਕਾਮੇ ਕੋਲੇ ਚਲਾਨਾ
तो ये चलाएंगे। हम गाने बजाने वाले, हमारा काम है गीत गाना, तुम गाएंगे। ਜੋ ਕਿ ਕਲਾਕਾਰ ਨੂੰ ਉਹਨਾਂ ਸਮਾਂ ਜਾਂ ਟਾਈਮ ਨਹੀਂ ਮਿਲਿਆ, ਉਸਨੇ ਆਪਣੀ ਇੱਕ ਇਮੇਜ ਬਿਲਡ ਕਰ ਲਈ ਜੋ ਕਿ ਪਬਲਿਕ ਡਿਮਾਂਡ ਵਿੱਚ ਸੀ। ਇਹ ਸਾਰੀ ਉਲਝਣਾਂ ਨੂੰ ਹੀ ਇਮਤਿਆਜ਼ ਅਲੀ ਨੇ ਇੱਕ ਫਿਲਮ ਦੇ ਫੋਰਮੈਟ ਵਿੱਚ ਦਿਖਾਇਆ ਹੈ। ਮੈਨੂੰ ਲੱਗਦਾ ਹੈ ਬਹੁਤ ਵਧੀਆ ਜਸਟੀਫਿਕੇਸ਼ਨ ਹੈ ਅਮਰ ਸਿੰਘ ਚਮਕੀਲਾ ਦੀ ਕਹਾਣੀ ਨਾਲ ਅਤੇ ਉਹਦੀ ਸੋਚ ਨਾਲ ਜੋ ਉਹਦੇ ਬੈਕ ਮਾਇੰਡ 'ਚ ਉਹਨਾਂ ਦਿਨਾਂ ਵਿੱਚ ਆਪਣੇ ਕਰੀਅਰ ਦੇ ਟੌਪ 'ਤੇ ਚੱਲਦਾ ਪਿਆ ਸੀ ਅਤੇ ਉਹਨਾਂ ਦੇ ਉਹਦੇ ਬੈਕ ਮਾਇੰਡ ਵਿੱਚ ਜੋ ਜੋ ਉਲਝਣਾਂ ਚੱਲ ਰਹੀਆਂ ਸੀ। ਜੇ ਤੁਸੀਂ ਵਾਕਈ ਹੀ ਚਮਕੀਲਾ ਦੇ ਫੈਨ ਹੋ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਉਸ ਕਲਾਕਾਰ ਦੀ ਸਮਝ ਆਏਗੀ ਉਹ ਕਿੰਨਾ ਕਮਰਸ਼ੀਅਲ, ਕਿੰਨਾ ਇਮੋਸ਼ਨਲ ਅਤੇ ਕਿੱਡਾ ਵੱਡਾ ਕਲਾਕਾਰ ਸੀ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੀ ਪੜਚੋਲ ਵਿੱਚ। ਧੰਨਵਾਦ।